ठीक है, अदरवाइज साडे कोल कोई होर वैक्टर आवे उहदा मैगनीट्यूड नहीं स्पेसीफाई, उहदा मैगनीट्यूड कुछ भी पॉसिबल है। पर जे असीं उहनूं यूनिट वैक्टर कहिंदे पए तां अ वैक्टर हुज मैगनीट्यूड ऑलवेज टेकन टू बी 1, ठीक है, जिहदा 1 यूनिट दे बराबर मैगनीट्यूड होएगा और इहदी डायरेक्शन हमेशा सेम एज द पेरेंट वैक्टर होएगी। पेरेंट वैक्टर दा केड़ा वा? ए वैक्टर, ए वैक्टर, यानी जिधर नू ए वैक्टर होएगा उसे ही डायरेक्शन च ए कैप अप्लाई करेगा। इसे चीज नू आपां एक्सप्लेन करने के एग्जांपल कोड करते हैं इहदे नाल। मान लो आपां किसे एक ऑब्जेक्ट उत्ते 10 न्यूटन फोर्स लगाने हैं, अब इधर देखते कि 10 न्यूटन फोर्स अलोंग एक्स एक्सिस अप्लाई की थी किसी ऑब्जेक्ट पे, तो जो मैं तुम्हें ये कहा कि भी इसको 10 दे नाल डिवाइड कर लो, ठीक है, यानी जे इस फोर्स वेक्टर दा मैग्नीट्यूड जेड़ा वा वो 10 वा, ठीक है, तो इन तुसी एस एच फोर्स पे मैग्नीट्यूड ना डिवाइड कर दियो, इहदा मतलब इनो 10 दे नाल डिवाइड कर दवा ते जेड़ी रिजल्टेंट क्वांटिटी बची आ ओदी वैल्यू मेरे को जेड़ी होएगी वो 1 न्यूटन अलोंग एक्स एक्सिस आ गई। ਇਹਦਾ ਮਤਲਬ ਇਹ ਚੀਜ਼ ਹੋਈ ਕਿ ਜੇਕਰ ਐਫ ਵੈਕਟਰ ਮੇਰਾ ਐਕਸ ਐਕਸਿਸ ਤੇ ਲਾਈ ਕਰਦਾ ਸੀ, ਜਿਹੜਾ ਨਵਾਂ ਵੈਕਟਰ ਬਣਿਆ ਜਿਹਦੀ ਵੈਲਿਊ 1 ਨਿਊਟਨ ਆਈ ਆ ਉਹ ਵੀ ਐਕਸ ਐਕਸਿਸ ਤੇ ਲਾਈ ਕਰਦੀ ਵੀ। ਯੈਸ ਸਰ, ਇਹਦਾ ਮਤਲਬ ਇਹ ਹੋ ਗਿਆ ਕਿ ਵੀ ਮੇਰੇ ਕੋਲ ਇੱਕ ਨਵਾਂ ਵੈਕਟਰ ਆ ਗਿਆ ਜਿਹਦਾ ਮੈਗਨੀਟਿਊਡ 1 ਆ ਔਰ ਉਹਦੀ ਡਾਇਰੈਕਸ਼ਨ ਸੇਮ ਹੋਈ ਆ ਜਿਹੜੀ ਪਿਛਲੇ ਵੈਕਟਰ ਦੀ ਸੀਗੀ। ਅਸੀਂ ਕਹਿੰਦੇ ਜੀ ਇਸ ਵੈਕਟਰ ਨੂੰ ਅਸੀਂ ਐਫ ਕੈਪ ਲਿਖ ਸਕਦੇ ਹਾਂ। F cap is a unit vector for force vector, ठीक है, जिसकी direction same इधर parent vector वाली होएगी, magnitude इधर one होएगा। उन अपन आ लाइन कोई जने लिखी है ना, इनो short च लिखना होगे, इसलिए मैं इधर लिख सकते हैं 1 i cap, 1 i cap, पामे होने ना 1 भी ना लाओ, क्योंकि i cap अपने आप च जिधर वा ए unit vector along x axis है। ਇਸਨੇ ਜਿਹੜਾ ਯੂਨਿਟ ਵੈਕਟਰ ਅਲੋਂਗ ਐਕਸ ਐਕਸਿਸ ਹੋਏਗਾ, ਜੇ ਤੁਸੀਂ ਕਿਸੇ ਦਾ ਆਈ ਕੈਪ ਲਗਾਤਾ ਕਿਸੇ ਵੀ ਟਰਮ ਦੇ ਨਾਲ, ਮੰਨ ਲਓ ਮੈਂ ਲਿਖਾਂ 7 i cap, ਇਹਦਾ ਮਤਲਬ ਇਹ ਆ ਕਿ ਵੀ ਮੇਰੇ ਕੋਲ ਇੱਕ ਵੈਕਟਰ ਦਾ ਮੈਗਨੀਟਿਊਡ 7 ਹੈਗਾ ਜਿਹੜਾ ਕਿ ਐਕਸ ਐਕਸਿਸ ਦੇ ਅਲੋਂਗ ਹੈਗਾ। ਜੇ ਮੈਂ ਲਿਖ ਦਵਾਂ 7 j cap, 7 k cap, ਤੇ ਇਹਦਾ ਮਤਲਬ ਆ ਵੈਲਿਊ ਮੇਰੇ ਕੋਲ y ਐਕਸਿਸ ਤੇ ਤਾਂ ਆ ਵੈਲਿਊ ਮੇਰੀ z ਐਕਸਿਸ ਦੇ ਉੱਤੇ ਹੈਗੀ, ਪਰ ਜੇ ਮੈਂ 7 c cap ਲਿਖ ਦਵਾਂ ਦਾ ਕਿਤੇ ਮਤਲਬ ਨਹੀਂ ਕਿ ਇਹ ਐਕਸ ਵਾਈ ਜਾਂ ਜ਼ੈਡ ਐਕਸਿਸ ਆ। ਅਸੀਂ 3 ਐਕਸਿਸ ਨੂੰ ਸਪੈਸੀਫਾਈ ਕਰਨ ਲਈ 3 ਯੂਨਿਟ ਵੈਕਟਰ ਪੱਕੇ ਰੱਖੇ ਹੋਏ ਆ, ਠੀਕ ਹੈ ਜੀ, ਅਲੋਂਗ ਐਕਸ ਐਕਸਿਸ ਆਈ ਕੈਪ ਨਾਲ ਰਿਪਰੈਜ਼ੈਂਟੇਸ਼ਨ ਹੋਏਗੀ, ਵਾਈ ਐਕਸਿਸ ਜੇ ਕੈਪ ਨਾਲ ਤੇ ਜ਼ੈਡ ਐਕਸਿਸ ਕੇ ਕੈਪ ਨਾਲ ਰਿਪਰੈਜ਼ੈਂਟ ਕਰਾਂਗੇ। ਔਰ ਜੇ ਬਾਡੀ ਮੇ ਕੋਲ ਇਦਾਂ ਜਿਦਾ ਆਪਾਂ ਆ ਸ਼ੋ ਕੀਤਾ ਸੀ ਇੱਥੇ ਪਲੇਨ ਚ ਆ, ਇਹਦਾ ਮਤਲਬ ਐਕਸ ਕੋਆਰਡੀਨੇਟ ਵੀ ਆਣਾ ਵਾਈ ਵੀ ਆਣਾ, ਤੇ ਜੇ ਆਪਾਂ ਸਪੇਸ ਚ ਕਹਿ ਦਿੰਦੇ ਤੇ ਤੀਜਾ ਆਪਾਂ 5 ਲਿਖ ਕੇ 7 ਲਿਖ ਕੇ ਜ਼ੈਡ ਕੋਆਰਡੀਨੇਟ ਵੀ ਨਾਲ ਲਿਖ ਦਾਂਗੇ। ਇਹਦਾ ਮਤਲਬ ਇਹ ਹੋ ਗਿਆ ਕਿ ਤੁਹਾਡੇ ਗਿਵਨ ਵੈਕਟਰ ਦੇ ਕਿੰਨੇ ਕੋਆਰਡੀਨੇਟ ਆ, ਹਨਾ, ਉਹਦੇ ਅਕੋਰਡਿੰਗ ਅਸੀਂ ਉਹ i ਕੈਪ j ਕੈਪ ਤੇ k ਕੈਪ ਦੀ ਫਾਰਮ ਚ ਲਿਖ ਸਕਦੇ ਆ। ਹੁਣ ਆਪਾਂ ਆ ਲਿਖ ਕੇ ਗੱਲ ਦਿਖਾਇਆ ਸੀ ਕਿ ਵੀ ਇੱਥੇ ਮੈਂ ਇਹਨੂੰ ਪੜਾ, ਇਹਦਾ ਮਤਲਬ ਇਹ ਆ ਕਿ ਗਿਵਨ ਵੈਕਟਰ ਦੀ ਵੈਲਿਊ 2 ਹੋਏਗੀ ਅਲੋਂਗ x ਐਕਸਿਸ ਹੋਏਗੀ, ਮੈਂ ਉਹਨੂੰ 2 i ਕੈਪ ਲਿਖਿਆ। ਦੂਜੇ ਦਾ ਕੋਆਰਡੀਨੇਟ ਪਲੱਸ ਵਾ, ਇਹ ਮਾਈਨਸ ਹੁੰਦਾ ਤੇ ਆਪਾਂ ਮਾਈਨਸ x ਐਸ ਲੈ ਲੈਂਦੇ, ਠੀਕ ਹੈ। ਹੁਣ ਇਹਨੂੰ ਮੈਂ ਲਿਖ ਦੂੰਗਾ ਪਲੱਸ 3 j ਕੈਪ, ਇਹਦੇ ਆਪਾਂ ਸੈਕਿੰਡ ਵੈਕਟਰ ਲਿਖ ਲਿਆ। ਜੇ ਡਿਸਪਲੇਸਮੈਂਟ ਵੈਕਟਰ ਲਿਖਣਾ ਸੀ ਫਿਰ ਇਸ r2 ਚੋ r1 ਨੂੰ ਮਾਈਨਸ ਕਰਾ ਕੇ ਜੋ ਰਿਜ਼ਲਟੈਂਟ ਵੈਕਟਰ ਆਇਆ ਉਹ ਵੀ ਮੇਰਾ xy ਪਲੇਨ ਚ ਹੀ ਆਏਗਾ। ਇੰਨੀ ਗੱਲ ਸਮਝ ਲੱਗੀ? ਯੈਸ ਯੈਸ ਸਰ। ਚਲ ਇਹ ਤੁਹਾਡੇ ਕੋਲ ਐਸ ਸੱਚ ਕੁਝ ਵੈਕਟਰਸ ਦੀ ਡੈਫੀਨੇਸ਼ਨ ਸੀਗੀ ਜਾਂ ਕੁਝ ਵੈਕਟਰ ਸੀਗੇ, ਠੀਕ ਹੈ। ਬੁੱਕ ਦੇ ਵਿੱਚ ਜਦੋਂ ਕਵਰ ਕਰੋਗੇ ਇਸ ਸ਼ੁਰੂ ਦੇ ਵਿੱਚ ਸਮ ਇੰਪੋਰਟੈਂਟ ਡੈਫੀਨੇਸ਼ਨ ਆਫ ਵੈਕਟਰਸ ਦੀ ਫਾਰਮ ਚ ਟੌਪਿਕ ਮਿਲ ਜਾਏਗਾ, ਪਰ ਪੋਜੀਸ਼ਨ ਵੈਕਟਰ ਡਿਸਪਲੇਸਮੈਂਟ ਵੈਕਟਰ ਇਹ ਥੋੜਾ ਜਿਹਾ ਅੱਗੇ ਜਾ ਕੇ ਤੁਹਾਨੂੰ ਟੌਪਿਕ ਮਿਲ ਜਾਣਾ। ਪਰ ਇਹ ਸਾਰੇ ਦੇ ਸਾਰੇ ਆਪਣੇ ਡਿਫਰੈਂਟ ਟਾਈਪ ਦੇ ਵੈਕਟਰਸ ਨੇ। ਹੁਣ ਇਸ ਤੋਂ ਅੱਗੇ ਗੱਲ ਕਰ ਰਹੇ ਹਾਂ, ਕਈ ਵਾਰੀ ਛੋਟਾ ਜਿਹਾ ਕੁਐਸਚਨ ਆ ਜਾਂਦਾ ਹੁੰਦਾ, ਠੀਕ ਹੈ, ਕਿ ਜੇ ਇੱਕ ਵੈਕਟਰ ਨੂੰ ਅਸੀਂ ਕਿਸੇ ਰੀਅਲ ਨੰਬਰ ਨਾਲ ਮਲਟੀਪਲਾਈ ਕਰੀਏ ਤੇ ਜੇ ਇੱਕ ਵੈਕਟਰ ਨੂੰ ਕਿਸੇ ਸਕੇਲਰ ਕੁਆਂਟੀਟੀ ਨਾਲ ਮਲਟੀਪਲਾਈ ਕਰੀਏ ਕੀ ਫਰਕ ਹੋਏਗਾ? ਹੁਣ ਆ ਜੀ ਜਿੱਦਾਂ ਕਹਿ ਰਿਹਾ ਕਿ ਜੇ ਮੈਂ ਤੁਹਾਨੂੰ ਮੇਰੇ ਕੋਲ ਕਿਸੇ ਆਬਜੈਕਟ ਤੇ ਫੋਰਸ 10 ਨਿਊਟਨ ਲਾਈ ਆ ਔਰ ਮੈਂ ਤੁਹਾਨੂੰ ਕਹਾਂ ਜੀ ਮੇਰੇ ਕੋਲ ਇੱਕ ਨੰਬਰ ਆ, ਠੀਕ ਹੈ, +3 ਜਾਂ -3, ਰੀਅਲ ਨੰਬਰ ਆ ਪੋਜ਼ਿਟਿਵ ਨੈਗੇਟਿਵ ਦੋਨੋਂ ਆ ਨੇ, ਇਹਦੇ ਬਾਅਦ ਜੇ ਮੈਂ ਤੁਹਾਨੂੰ ਇਹ ਕਹਾਂ ਕਿ ਵੀ ਮੇਰੇ ਕੋਲ ਐਸ ਸੱਚ ਇਸ ਵੈਕਟਰ ਨੂੰ ਤੁਸੀਂ 3 ਦੇ ਨਾਲ ਮਲਟੀਪਲਾਈ ਕਰ ਦਿਓ, ਹੁਣ ਨੰਬਰ ਦਾ ਆਪਣਾ ਯੂਨਿਟ ਤਾਂ ਕੋਈ ਵੀ ਨਹੀਂ, ਇਸ ਕਰਕੇ ਜਦੋਂ ਵੈਕਟਰ ਨੂੰ ਤੁਸੀਂ ਇਸ ਰੀਅਲ ਨੰਬਰ ਨਾਲ ਮਲਟੀਪਲਾਈ ਕੀਤਾ
ਜਿਹੜਾ ਨਵਾਂ ਵੈਕਟਰ ਬਣ ਗਿਆ ਉਹਦੀ ਵੈਲਿਊ ਮੇਰੇ ਕੋਲ 30 ਨਿਊਟਨ ਆ ਗਈ, ਠੀਕ ਹੈ। ਤੇ ਜੇ ਮੈਂ -3 ਨਾਲ ਮਲਟੀਪਲਾਈ ਕੀਤਾ ਹੁੰਦਾ ਤੇ -30 ਨਿਊਟਨ ਆ ਜੂ। ਇਹਦਾ ਮਤਲਬ ਓਰਿਜਨਲ ਵੈਕਟਰ ਜਿਹੜਾ ਵਾ ਉਹ ਮੇਰੇ ਕੋਲ +10 ਨਿਊਟਨ ਸੀਗਾ, ਨਵਾਂ ਜਿਹੜਾ ਵੈਕਟਰ ਬਣ ਗਿਆ ਰੀਅਲ ਨੰਬਰ ਨਾਲ ਮਲਟੀਪਲਾਈ ਕਰਕੇ ਉਹ -30 ਨਿਊਟਨ ਆ ਗਿਆ। ਇਹਦਾ ਮਤਲਬ ਇਹ ਹੋਇਆ ਕਿ ਜਦੋਂ ਕਿਸੇ ਗਿਵਨ ਵੈਕਟਰ ਨੂੰ ਅਸੀਂ ਕਿਸੇ ਰੀਅਲ ਨੰਬਰ ਨਾਲ ਮਲਟੀਪਲਾਈ ਕਰਾਂਗੇ ਤੇ ਉਹਦੇ ਕਰਕੇ ਰਿਜ਼ਲਟੈਂਟ ਵੈਕਟਰ ਜਿਹੜਾ ਹੋਏਗਾ, ਇੱਕ ਤੇ ਉਹਦੀ ਨੇਚਰ ਚੇਂਜ ਨਹੀਂ ਹੋਏਗੀ। ਨੇਚਰ ਦਾ ਮਤਲਬ ਜੇ ਪਹਿਲਾਂ ਵੀ 4 ਸੀਗੀ ਤੇ ਬਾਅਦ ਚੋਂ ਵੀ 4 ਸੀ ਰਹੀ ਆ, ਕਿਉਂਕਿ ਜਿਹੜੇ ਨੰਬਰ ਨਾਲ ਮਲਟੀਪਲਾਈ ਕਰਦੇ ਪਏ ਉਹਦਾ ਯੂਨਿਟ ਕੋਈ ਨਹੀਂ। ਇਸ ਲਈ ਵੈਕਟਰ ਵੈਨ ਮਲਟੀਪਲਾਈ ਬਾਏ ਰੀਅਲ ਨੰਬਰ ਤੇ ਉਹਦੇ ਕਰਕੇ ਮੇਰੇ ਕੋਲ ਜਿਹੜਾ ਨਵਾਂ ਵੈਕਟਰ ਬਣੇਗਾ ਉਹਦੀ ਨੇਚਰ ਸੇਮ ਹੋਏਗੀ। ਹਾਂ, ਉਹਦੀ ਡਾਇਰੈਕਸ਼ਨ ਜਿਹੜੀ ਆ ਉਹ ਸੇਮ ਵੀ ਹੋ ਸਕਦੀ ਆ ਤੇ ਓਪੋਜ਼ਿਟ ਵੀ ਹੋ ਸਕਦੀ ਆ, ਤੇ ਉਹਦਾ ਮੈਗਨੀਟਿਊਡ ਜਿਹੜਾ ਵਾ ਉਹ ਰੀਅਲ ਨੰਬਰ ਟਾਈਮ ਜਿਹੜਾ ਵਾ ਕਹਿੰਦਾ ਜੀ ਮੇਰੇ ਕੋਲ ਵੱਧ ਜਾਏਗਾ। ਕਿ ਇੰਨੀ ਗੱਲ ਸਮਝ ਲੱਗੀ? ਯੈਸ ਸਰ। ਇਸ ਜਗ੍ਹਾ ਤੇ ਆਪਾਂ ਇਹ ਕਹੀਏ ਮਲਟੀਪਲੀਕੇਸ਼ਨ ਆਫ ਅ ਵੈਕਟਰ ਬਾਈ ਅ ਸਕੇਲਰ ਕੁਆਂਟੀਟੀ, ਕਿ ਤੁਸੀਂ ਗਿਵਨ ਵੈਕਟਰ ਨੂੰ, ਠੀਕ ਹੈ, ਤੁਸੀਂ ਗਿਵਨ ਵੈਕਟਰ ਨੂੰ ਕਿਸੇ ਸਕੇਲਰ ਕੁਆਂਟੀਟੀ ਨਾਲ ਮਲਟੀਪਲਾਈ ਕਰ ਲਓ। ਮੰਨ ਲਓ ਟਾਈਮ ਆ, ਟਾਈਮ ਸਕੇਲਰ ਕੁਆਂਟੀਟੀ ਆ, ਤੇ ਜੇ ਇਹਨੂੰ ਮੈਂ ਐਸ ਸੱਚ 3 ਸੈਕਿੰਡ ਨਾਲ ਮਲਟੀਪਲਾਈ ਕਰ ਦਵਾਂ, ਹੁਣ ਸਕੇਲਰ ਨੈਗੇਟਿਵ ਚ ਨਹੀਂ ਆਣੀ, ਇਹ ਗੱਲ ਦਿਮਾਗ ਚ ਰੱਖ ਲਿਓ। ਹੁਣ ਜੇ ਇਹਨੂੰ ਮੈਂ 3 ਸੈਕਿੰਡ ਨਾਲ ਮਲਟੀਪਲਾਈ ਕਰਾਂ ਤੇ ਜਿਹੜੀ ਮੇਰੀ ਨਵੀਂ ਕੁਆਂਟੀਟੀ ਬਣ ਗਈ ਉਹ 30 ਨਿਊਟਨ ਸੈਕਿੰਡ ਆ ਗਈ। ਜੇ 30 ਨਿਊਟਨ ਸੈਕਿੰਡ ਬਣੀ ਆ ਤੇ ਇਹਦੇ ਮਲੇ ਫੋਰਸ ਨਹੀਂ ਰਹਿ ਗਈ, ਇਹ ਕੋਈ ਨਵੀਂ ਕੁਆਂਟੀਟੀ ਬਣ ਗਈ। ਹੁਣ ਆਪਾਂ ਆ ਪੜ੍ਹਦੇ ਹਾਂ ਨਿਊਟਨ ਦਾ ਸੈਕਿੰਡ ਲਾਅ, F equal to dp/dt, ਯਾਨੀ ਫੋਰਸ ਜਿਹੜੀ ਆ ਚੇਂਜ ਇਨ ਮੋਮੈਂਟਮ ਬਾਈ ਟਾਈਮ ਦੇ ਬਰਾਬਰ ਹੁੰਦੀ ਆ। ਤੇ ਜੇ ਟਾਈਮ ਇਧਰ ਮਲਟੀਪਲਾਈ ਕਰ ਦਵਾਂ ਤੇ F into time, ਇਹ ਚੇਂਜ ਇਨ ਮੋਮੈਂਟਮ ਆ, F ਆ ਫੋਰਸ ਆ, into time ਕੀਤਾ ਇਹ ਮਤਲਬ F into time ਜਿਹੜਾ ਵਾ ਇਹ ਮਤਲਬ ਮੋਮੈਂਟਮ ਹੁੰਦਾ। ਇਹਦਾ ਮਤਲਬ ਆ ਨਵੀਂ ਕੁਆਂਟੀਟੀ ਜਿਹੜੀ ਆ ਇਹ ਮੇਰੀ ਮੋਮੈਂਟਮ ਬਣ ਗਈ। ਇਹਦਾ ਮਤਲਬ ਫਿਰ ਇਹ ਹੋਇਆ ਕਿ ਵੀ ਜਦੋਂ ਕਿਸੇ ਵੈਕਟਰ ਨੂੰ ਕਿਸੇ ਸਕੇਲਰ ਕੁਆਂਟੀਟੀ ਨਾਲ ਮਲਟੀਪਲਾਈ ਕਰੋਗੇ ਤੇ ਉਸ ਮੂਮੈਂਟ ਤੇ ਮੇਰੇ ਕੋਲ ਇੱਕ ਨਵੀਂ ਕੁਆਂਟੀਟੀ ਬਣ ਜਾਏਗੀ। ਉੱਪਰ ਨਵੀਂ ਕੁਆਂਟੀਟੀ ਨਹੀਂ ਬਣੀ, ਉੱਪਰ ਸੇਮ ਨੇਚਰ ਦੀ ਕੁਆਂਟੀਟੀ ਸੀ, ਪਰ ਨੀਚੇ ਮੇਰੇ ਕੋਲ ਇੱਕ ਨਵੀਂ ਕੁਆਂਟੀਟੀ ਜਨਰੇਟ ਹੋ ਜਾਊ ਜਿਹਦਾ ਮੈਗਨੀਟਿਊਡ ਜਿਹੜਾ ਹੋਏਗਾ ਉਹ ਐਸ ਸੱਚ ਸਕੇਲਰ ਦੀ ਜਿੰਨਾ ਮੈਗਨੀਟਿਊਡ ਆ ਉਨੇ ਟਾਈਮ ਵੱਧ ਜਾਏਗਾ, ਠੀਕ ਹੈ, ਪਰ ਡਾਇਰੈਕਸ਼ਨ ਨਹੀਂ ਚੇਂਜ ਹੋਏਗੀ ਕਿਉਂਕਿ ਸਕੇਲਰ ਕੁਆਂਟੀਟੀ ਦੀ ਆਪਣੀ ਕੋਈ ਡਾਇਰੈਕਸ਼ਨ ਨਹੀਂ ਹੁੰਦੀ। ਇਸ ਲਈ ਇਹਨੂੰ ਮਲਟੀਪਲਾਈ ਕਰਕੇ ਜਿਹੜੀ ਨਵੀਂ ਕੁਆਂਟੀਟੀ ਬਣੀ ਆ ਉਹਦਾ ਮੈਗਨੀਟਿਊਡ ਚੇਂਜ ਹੋਏਗਾ, ਉਹਦੀ ਨੇਚਰ ਚੇਂਜ ਹੋਏਗੀ, ਪਰ ਉਹਦੀ ਡਾਇਰੈਕਸ਼ਨ ਨਹੀਂ ਚੇਂਜ ਹੋਏਗੀ। ਜਦਕਿ ਰੀਅਲ ਨੰਬਰ ਨਾਲ ਜਦੋਂ ਮਲਟੀਪਲਾਈ ਕੀਤਾ ਸੀ ਉਹਦਾ ਮੈਗਨੀਟਿਊਡ ਚੇਂਜ ਹੋਏਗਾ, ਠੀਕ ਹੈ, ਉਹਦੀ ਮੇਰੇ ਕੋਲ ਡਾਇਰੈਕਸ਼ਨ ਚੇਂਜ ਹੋਏਗੀ ਪਰ ਨੇਚਰ ਨਹੀਂ ਚੇਂਜ ਹੋਏਗੀ। ਇਹ ਮਤਲਬ ਆਹ ਦੋਨਾਂ ਦਾ ਫਰਕ ਹੋਏਗਾ ਜੇ ਮੈਨੂੰ ਐਸ ਸੱਚ ਇਹ ਕਿਹਾ ਜਾਵੇ ਕਿ ਕਿਸੇ ਗਿਵਨ ਵੈਕਟਰ ਨੂੰ ਤੁਸੀਂ ਰੀਅਲ ਨੰਬਰ ਨਾਲ ਮਲਟੀਪਲਾਈ ਕਰੋ ਤੇ ਕਿਆ ਚੇਂਜ ਆ, ਤੇ ਜੇ ਗਿਵਨ ਵੈਕਟਰ ਨੂੰ ਤੁਸੀਂ ਕਿਸੇ ਸਕੇਲਰ ਕੁਆਂਟੀਟੀ ਨਾਲ ਮਲਟੀਪਲਾਈ ਕਰੋ ਤੇ ਕਿਆ ਚੇਂਜ ਆ ਨਹੀਂ। ਇੰਨੀ ਗੱਲ ਕਲੀਅਰ ਆ ਸਰ? ਜੇ ਸਕੇਲਰ ਨਾਲ ਕਰੀਦਾ ਵਾ ਤੇ ਮੈਗਨੀਟਿਊਡ ਚੇਂਜ ਹੁੰਦਾ ਤੇ ਹੋਰ ਕੀ ਕੀ ਚੇਂਜ ਹੁੰਦਾ ਸਰ? ਨੇਚਰ ਚੇਂਜ ਹੋ ਗਈ, ਪਹਿਲਾਂ ਮੇਰੇ ਕੋਲ ਫੋਰਸ ਹੁੰਦੀ ਸੀ ਹੁਣ ਮੇਰਾ ਮੋਮੈਂਟਮ ਬਣ ਗਿਆ, ਇਹ ਮਤਲਬ ਕੁਆਂਟੀਟੀ ਹੀ ਬਦਲ ਗਈ। ਓਕੇ ਸਰ, ਕਲੀਅਰ ਹੈ ਜੀ? ਯੈਸ ਸਰ। ਹੁਣ ਇਸ ਤੋਂ ਅੱਗੇ ਠੀਕ ਹੈ ਜੀ, ਆਪਣਾ ਟੌਪਿਕ ਜਿਹੜਾ ਮੇਨ ਚੱਲਣਾ ਵਾ, ਠੀਕ ਹੈ, ਉਹ ਹੋਏਗਾ ਆਪਣੇ ਕੋਲ ਰਿਜ਼ਲਟੈਂਟ ਵੈਕਟਰ। ਰਿਜ਼ਲਟੈਂਟ ਵੈਕਟਰ ਦਾ ਬੇਸਿਕਲੀ ਮਤਲਬ ਇਹ ਹੈਗਾ ਕਿ ਤੁਹਾਡੇ ਕੋਲ ਜੇ ਐਸ ਐਸ ਤੁਹਾਡੇ ਸਿਸਟਮ ਦੇ ਅੰਦਰ ਇੱਕ ਤੋਂ ਜ਼ਿਆਦਾ ਵੈਕਟਰ ਗਿਵਨ ਆ ਤੇ ਮੈਂ ਉਹਨਾਂ ਸਾਰੇ ਵੈਕਟਰਸ ਨੂੰ ਮਿਲਾ ਕੇ ਇੱਕ ਵੈਕਟਰ ਬਣਾਉਣਾ ਹੋਵੇ, ਮੈਂ ਕਹਿੰਦਾ ਜੀ ਮੇਰੇ ਤੇ ਦੋ ਜਣੇ ਫੋਰਸ ਲਾ ਰਹੇ ਆ, ਇੱਕ 10 ਨਿਊਟਨ ਇੱਕ 4 ਨਿਊਟਨ, ਤੀਜਾ ਜਣਾ ਕਹਿੰਦਾ ਤੁਸੀਂ ਦੋਨੋਂ ਪਰੇ ਹਟੋ, ਠੀਕ ਹੈ, ਮੈਂ ਇਕੱਲਾ 14 ਨਿਊਟਨ ਦੀ ਫੋਰਸ ਲਾਉਣਾ। ਇਹਦਾ ਮਤਲਬ ਉਹ ਇਕੱਲਾ ਉਹ ਕੰਮ ਕਰਦਾ ਪਿਆ ਜਿਹੜਾ ਦੋਨੋਂ ਮਿਲ ਕੇ ਕਰਦੇ ਪਏ ਤੇ ਉਹਨੂੰ ਅਸੀਂ ਇਕੱਲੇ ਵਾਲੇ ਨੂੰ ਨਾਮ ਦੇ ਦਾਂਗੇ ਇਹ ਰਿਜ਼ਲਟੈਂਟ ਆ। ਇਹਦਾ ਸਿਮਿਲਰ ਵੇ ਰਿਜ਼ਲਟੈਂਟ ਵੈਕਟਰ ਡਿਫਾਈਨ ਕਰਾਂ, ਮੈਨੇ ਨੰਬਰ ਆਫ ਵੈਕਟਰਸ, ਆਪਾਂ ਦੋ ਨਹੀਂ ਕਹਿ ਰਹੇ ਕਿੰਨੇ ਸਾਰੇ ਵੈਕਟਰ ਹੋ ਸਕਦੇ, ਮੈਨੇ ਨੰਬਰ ਆਫ ਵੈਕਟਰਸ ਆਰ ਐਕਟਿੰਗ ਔਨ ਅ ਗਿਵਨ ਬਾਡੀ, ਠੀਕ ਹੈ, ਦੈਨ ਟੂ ਕਹਿ ਲਓ ਕਿ ਵੀ ਦੈਨ ਟੂ ਰਿਮੂਵ ਆਲ ਦਾ ਵੈਕਟਰ ਵਿਦ ਅ ਸਿੰਗਲ ਵੈਕਟਰ ਵਿਚ ਵਿਲ ਪ੍ਰੋਡਿਊਸ ਦਾ ਸੇਮ ਇਫੈਕਟ ਐਸ ਪ੍ਰੋਡਿਊਸਡ ਬਾਈ ਦਾ ਨੰਬਰ ਆਫ ਵੈਕਟਰਸ, ਠੀਕ ਹੈ, ਦੈਨ ਸਿੰਗਲ ਵੈਕਟਰ ਇਜ਼ ਕਾਲਡ ਐਸ ਅ ਰਿਜ਼ਲਟ, ਇਟ ਇਜ਼ ਅ ਸਿੰਗਲ ਵੈਕਟਰ, ਡੈਫੀਨੇਸ਼ਨ ਪ੍ਰੋਪਰ ਬੋਲ ਰਿਹਾ, ਇਟ ਇਜ਼ ਅ ਸਿੰਗਲ ਵੈਕਟਰ ਵਿਚ ਵਿਲ ਪ੍ਰੋਡਿਊਸ ਦਾ ਸੇਮ ਇਫੈਕਟ ਐਸ ਇਜ਼ ਪ੍ਰੋਡਿਊਸਡ ਬਾਈ ਦਾ ਨੰਬਰ ਆਫ ਵੈਕਟਰਸ ਵੈਨ ਦੇ ਵਿਲ ਕੰਬਾਈਨ, ਠੀਕ ਹੈ। ਜਿੱਦਾਂ ਆਹ ਕਹੀਏ ਦੋ ਵੈਕਟਰ ਜਿਹੜੇ ਨੇ ਏ ਵੈਕਟਰ ਤੇ ਬੀ ਵੈਕਟਰ ਆ ਜਿਹੜੇ ਸੇਮ ਡਾਇਰੈਕਸ਼ਨ ਚ
ਟਰਾਈ ਕਰਦੇ ਆ ਤੇ ਮੈਂ ਦੋਨਾਂ ਦੀ ਜਗ੍ਹਾ ਤੇ ਇੱਕ ਸਿੰਗਲ ਵੈਕਟਰ ਲੈਣਾ ਉਹ ਕਹਿੰਦਾ ਜੀ ਐਸ ਸੱਚ ਕਰੋ ਇਹ ਕਿ ਪਹਿਲੇ ਵੈਕਟਰ ਦੇ ਹੈਡ ਐਂਡ ਤੇ ਦੂਜੇ ਵੈਕਟਰ ਦੀ ਟੇਲ ਰੱਖ ਦਿਓ ਤੇ ਉਹਨਾਂ ਦੇਖੋ ਓਵਰਆਲ ਲੈਂਥ ਵਧੀ ਜਾ ਕੇ ਘਟੀ ਆ ਹੁਣ ਜੇ ਮੈਂ ਆਹ ਪਹਿਲੇ ਵੈਕਟਰ ਦੇ ਹੈਡ ਐਂਡ ਤੇ ਦੂਜੇ ਵੈਕਟਰ ਦੀ ਟੇਲ ਰੱਖ ਲਵਾਂ ਤੇ ਅੱਗੇ ਨਾਲੋਂ ਇੰਡੀਵਿਜੁਅਲ ਵੈਕਟਰ ਨਾਲੋਂ ਨਵੇਂ ਬਣੇ ਵੈਕਟਰ ਦੀ ਲੈਂਥ ਜਿਹੜੀ ਵੱਧ ਗਈ ਅਸੀਂ ਕਹਿੰਦੇ ਇਹਦਾ ਮਤਲਬ ਹੋ ਗਿਆ ਇਹ ਚ ਦੋਨੋਂ ਵੈਕਟਰ ਜਿਹੜੇ ਉਹ ਪਲੱਸ ਕਰ ਦਿੱਤੇ ਤੇ ਨਵਾਂ ਵੈਕਟਰ ਮੇਰੇ ਕੋਲ ਅਵਲਾ ਆ ਜਾਏਗਾ ਜਿਹਨ ਜੇ 10 ਨਿਊਟਨ ਫੋਰਸ ਆ ਆ ਮੇਰੇ ਕੋਲ 4 ਨਿਊਟਨ ਫੋਰਸ ਆ ਠੀਕ ਹੈ ਤੇ ਇਹਦਾ ਨਵਾਂ ਜਿਹੜਾ ਵੈਕਟਰ ਆ ਉਹ 14 ਨਿਊਟਨ ਦਾ ਮੇਰੇ ਕੋਲ ਜਿਹੜਾ ਕਿੰਨਾ ਜੀ ਵੱਧ ਜਾਏਗਾ ਪਰ ਇਹਦੀ ਵੀ ਡਾਇਰੈਕਸ਼ਨ ਜਿਹੜੀ ਪਹਿਲੇ ਦੋਨਾਂ ਵੈਕਟਰ ਵਾਲੀ ਹੀ ਰਹਿ ਜਾਏਗੀ ਪਰ ਜੇ ਮੇਰੇ ਕੋਲ ਆਹੀ ਚੀਜ਼ ਇਦਾਂ ਕਰਦੀ ਹੈ ਕਿ ਵੈਕਟਰ ਓਪੋਜ਼ਿਟ ਆ ਤੇ ਜਦੋਂ ਇਸ ਵੈਕਟਰ ਨੂੰ ਮੈਂ ਇਹਦੇ ਉੱਤੇ ਇੰਪੋਜ਼ ਕੀਤਾ ਇਹਦੇ ਉੱਤੇ ਰੱਖਿਆ ਤੇ ਆਪਣੇ ਕੋਲ ਕੀ ਆਇਆ ਏ ਵੈਕਟਰ ਸੀਗਾ ਇਹਦੇ ਉੱਤੇ ਆ ਪਹਿਲੇ ਵੈਕਟਰ ਦੇ ਹੈਡ ਤੇ ਦੂਜੇ ਦੀ ਟੇਲ ਰੱਖ ਦਿਓ ਇਹਨਾਂ ਦੂਜੇ ਦੀ ਟੇਲ ਰੱਖ ਕੇ ਵੈਕਟਰ ਇੱਕਦਮ ਆਪਾਂ ਇੰਨਾ ਡਰਾ ਕੀਤਾ ਇਹ ਮੇਰਾ ਬੀ ਵੈਕਟਰ ਆ ਇਹ ਮੈਂ ਨਵੇਂ ਵੈਕਟਰ ਦੀ ਲੈਂਥ ਇੰਨੀ ਰਹਿ ਗਈ ਠੀਕ ਆ ਜਿਹੜਾ ਨਵਾਂ ਬਣਿਆ ਉਹਦੀ ਲੈਂਥ ਇੰਨੀ ਰਹਿ ਗਈ ਕਿਉਂਕਿ ਓਪੋਜ਼ਿਟ ਵਾਲੀ ਲੈਂਥ ਇੰਨੀ ਰਿਡਿਊਸ ਹੋ ਗਈ ਇਹਦਾ ਮਤਲਬ ਇਸ ਕੇਸ 'ਚ ਆਰ ਵੈਕਟਰ ਅਸੀਂ ਕਹਿ ਦਾਂਗੇ ਏ ਵੈਕਟਰ ਮਾਈਨਸ ਬੀ ਵੈਕਟਰ ਆ ਗਿਆ ਯਾਨੀ ਜੇ ਦੋ ਵੈਕਟਰ ਸੇਮ ਡਾਇਰੈਕਸ਼ਨ 'ਚ ਆ ਉਹ ਐਡ ਹੋ ਜਾਂਦੇ ਆ ਜੇ ਦੋ ਵੈਕਟਰ ਓਪੋਜ਼ਿਟ ਡਾਇਰੈਕਸ਼ਨ 'ਚ ਆ ਤੇ ਅਸੀਂ ਉਹਨੂੰ ਮਾਈਨਸ ਕਰਦੇ ਆ ਕਿਆ ਇੰਨੀ ਗੱਲ ਕਲੀਅਰ ਆ ਸਰ ਇੱਕ ਵਾਰੀ ਓਪੋਜ਼ਿਟ ਵਾਲਾ ਸਮਝਾਇਓ ਅਸੀਂ ਸਿੰਪਲ ਇੰਨੀ ਗੱਲ ਕਹੀ ਆ ਕਿ ਜੇ ਦੋ ਵੈਕਟਰ ਸੇਮ ਡਾਇਰੈਕਸ਼ਨ 'ਚ ਹੋਊਗੇ ਠੀਕ ਹੈ ਅਸੀਂ ਕਿਹਾ ਜੀ ਓਵਰਆਲ ਨਵੇਂ ਬਣੇ ਵੈਕਟਰ ਦੀ ਲੈਂਥ ਵੱਧ ਗਈ ਠੀਕ ਹੈ ਤੇ ਜੇ ਲੈਂਥ ਵੱਧ ਗਈ ਤਾਂ ਅਸੀਂ ਉਹਨੂੰ ਇਸ ਦੇ ਨਾਲ ਸ਼ੋਅ ਆਫ ਕਰ ਲਿਆ ਇਹ ਆਣਾ ਕਿਤੇ ਨਹੀਂ ਕੁਝ ਵੀ ਇਹ ਸਿਰਫ ਤੁਹਾਨੂੰ ਇੱਕ ਕਨਸੈਪਟ ਚਾਹੀਦਾ ਕਿ ਜਦੋਂ ਦੋ ਵੈਕਟਰ ਨੂੰ ਅਸੀਂ ਐਡ ਕਰਨਾ ਵਾ ਤੇ ਐਡ ਕਰਨ ਦਾ ਮੈਥਡ ਕੀ ਹੈ ਕੁਝ ਅਸੀਂ ਕਹਿੰਦੇ ਇੱਕ ਵੈਕਟਰ ਦੇ ਹੈਡ ਤੇ ਦੂਜੇ ਵੈਕਟਰ ਦੀ ਟੇਲ ਰੱਖ ਕੇ ਦੇਖੋ ਲੈਂਥ ਵਧੀ ਆ ਕੇ ਘਟੀ ਆ ਠੀਕ ਹੈ ਜੀ ਤੇ ਇਸ ਕੇਸ 'ਚ ਜਦੋਂ ਸੇਮ ਡਾਇਰੈਕਸ਼ਨ 'ਚ ਵੈਕਟਰ ਲੈਂਥ ਵੱਧ ਗਈ ਇਸ ਲਈ ਸੀਗਾ ਜੀ ਵੈਕਟਰ ਸਿੰਪਲ ਪਲੱਸ ਹੋ ਗਏ ਤੇ ਜਦੋਂ ਓਪੋਜ਼ਿਟ ਵੈਕਟਰ ਸੀਗੇ ਤੇ ਓਵਰਆਲ ਪਹਿਲੇ ਵੱਡੇ ਵੈਕਟਰ ਦੇ ਵਿੱਚੋਂ ਦੂਜੀ ਇੰਨੀ ਲੈਂਥ ਰਿਡਿਊਸ ਹੋ ਗਈ ਤੇ ਮੈਂ ਨਵੀਂ ਲੈਂਥ ਇੰਨੀ ਰਹਿ ਗਈ ਅਸੀਂ ਕਹਿੰਦੇ ਨਾਲ ਵੈਕਟਰ ਸਬਟ੍ਰੈਕਟ ਹੋ ਗਏ ਜਿਹੜਾ ਨਵਾਂ ਵੈਕਟਰ ਬਣੇਗਾ ਇਹਦੀ ਡਾਇਰੈਕਸ਼ਨ ਹਮੇਸ਼ਾ ਬਿਗਰ ਵੈਕਟਰ ਵਾਲੀ ਆਏਗੀ ਠੀਕ ਹੈ ਯਾਨੀ ਜੇ 10 ਨਿਊਟਨ ਦੇ ਵਿੱਚੋਂ 4 ਨਿਊਟਨ ਮਾਈਨਸ ਕਰਾਂ ਤੇ ਜਿਹੜਾ 6 ਨਿਊਟਨ ਦਾ ਵੈਕਟਰ ਬਣੇਗਾ ਉਹਦੀ ਡਾਇਰੈਕਸ਼ਨ 10 ਨਿਊਟਨ ਵਾਲੀ ਹੋਊਗੀ ਮੈਨੂੰ 10 ਨਿਊਟਨ ਨਾਲ ਕੋਈ ਅੱਗੇ ਤੱਕ ਕੰਮ ਆ ਰਿਹਾ 4 ਨਿਊਟਨ ਨਾਲ ਪਿੱਛੇ ਨੂੰ ਤਾਂ ਕੰਮ ਆ ਰਿਹਾ ਨੈੱਟ ਮੇਰੇ ਤੇ 6 ਨਿਊਟਨ ਦਾ ਇਫੈਕਟ ਫਾਰਵਰਡ ਡਾਇਰੈਕਸ਼ਨ 'ਚ ਨਿਕਲੂਗਾ ਕਿੰਨੀ ਗੱਲ ਸਮਝ ਲੱਗ ਰਹੀ ਯੈਸ ਸਰ ਸਰ ਇਹ ਵੈਕਟਰ ਕੀ ਲਿਖਿਆ ਵਾ ਜੀ ਸਰ ਇਹ ਵੈਕਟਰ ਅੱਗੇ ਕੀ ਲਿਖਿਆ ਵਾ ਇਹ ਵੈਕਟਰ ਤੇ ਵੀ ਵੈਕਟਰ ਦੇ ਅੱਗੇ ਆਵਾਜ਼ ਨਹੀਂ ਆ ਰਹੀ ਤੇਰੀ ਕਰਕੇ ਕੀ ਕਹਿ ਰਿਹਾ ਸਰ ਇਹ ਵੈਕਟਰ ਤੇ ਬੀ ਵੈਕਟਰ ਦੇ ਅੱਗੇ ਕੀ ਲਿਖਿਆ ਵਾ ਕਲੀਅਰ ਨਹੀਂ ਦਿਸਦਾ ਪਿਆ ਏ ਵੈਕਟਰ ਤੇ ਬੀ ਵੈਕਟਰ ਏ ਸਰ ਅੱਗੇ ਕੀ ਲਿਖਿਆ ਵਾ ਅੱਗੇ ਕੀ ਲਿਖਿਆ ਆਰ ਵੈਕਟਰ ਲਿਖਿਆ ਆਰ ਵੈਕਟਰ ਰਿਜ਼ਲਟੈਂਟ ਵੈਕਟਰ ਜਿਹੜਾ ਦੋਨਾਂ ਤੋਂ ਬਣੂਗਾ ਨਹੀਂ ਸਰ ਇਕੁਅਲ ਟੂ ਉਹ ਤੇ ਇਕੁਅਲ ਟੂ ਆਈ ਲਿਖਿਆ ਆਰ ਵੈਕਟਰ ਕੀ ਆ ਗਿਆ ਜਾਂ ਤਾਂ ਦੋਨਾਂ ਵੈਕਟਰ ਨੂੰ ਪਲੱਸ ਕਰਾਂਗੇ ਠੀਕ ਹੈ ਜੀ ਏ ਵੈਕਟਰ ਪਲੱਸ ਬੀ ਵੈਕਟਰ ਬਣ ਜੂ ਠੀਕ ਹੈ ਐਗਜ਼ਾਮਪਲ ਆਪਾਂ ਇਹ ਸਭ ਤੋਂ ਉੱਤੇ ਸਰ ਵੈਕਟਰ ਲਾਈਨ ਦੇ ਥੱਲੇ ਕਹਿ ਰਿਹਾ ਆ ਵੈਕਟਰ ਲਾਈਨ ਜਿਹੜੇ ਨਹੀਂ ਆ ਜਿਹੜਾ ਜਿੱਤੇ ਐਰੋ ਨਹੀਂ ਲੱਗੇ ਉਹਦੇ ਥੱਲੇ ਜਿਹੜਾ ਲਿਖਿਆ ਆ ਜੋ ਕਹਿ ਰਿਹਾ ਨਹੀਂ ਸਰ ਸਭ ਤੋਂ ਉੱਤੇ ਸਰ ਰਿਜ਼ਲਟੈਂਟ ਵੈਕਟਰ ਤੋਂ ਬਿਲਕੁਲ ਥੱਲੇ ਜਿਹੜਾ ਇਹ ਸਰ ਕਹਿ ਲਿਖਿਆ ਆ ਵਾਲਾ ਨਹੀਂ ਸਰ 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 ਏ ਵੈਕਟਰ ਤੇ ਬੀ ਵੈਕਟਰ ਦੀ ਵੈਲਿਊਸ ਪੁੱਛਦਾ ਵੈਲਿਊ ਕਿਹੜੀ ਵੈਲਿਊ ਕੀ ਦੱਸਾਂ ਉਹਦੀ ਨਿਊਟਨ ਚ ਹਾਂਜੀ ਦੋਨਾਂ ਦੀ ਪੁੱਛਦਾ ਪਿਆ 10 ਨਿਊਟਨ ਓਕੇ ਸਰ
ਕੋਈ ਤਾਂ ਆਪਣੇ ਕੋਲ ਉਦਾਂ ਹੀ ਆਪਾਂ ਐਗਜ਼ਾਮਪਲ ਲਿਖੀ ਆ 10 ਲਿਖਦੇ 4 ਲਿਖਦੇ 7 ਲਿਖਦੇ ਜੋ ਮਰਜ਼ੀ ਮੰਨ ਲਾ ਆਪਾਂ ਦੇਖਿਆ ਕਿ ਆਪਣੇ ਕੋਲ ਦੋ ਵੈਕਟਰ ਆ ਜੇ ਦੋਨੋਂ ਸੇਮ ਡਾਇਰੈਕਸ਼ਨ ਚ ਆ ਤੇ ਪਲੱਸ ਹੋ ਜਾਣੇ ਆ ਜੇ ਦੋਨੋਂ ਓਪੋਜ਼ਿਟ ਡਾਇਰੈਕਸ਼ਨ ਚ ਆ ਤੇ ਮਾਈਨਸ ਹੋ ਜਾਣੇ ਆ ਇੰਨੀ ਗੱਲ ਕਰਦੇ ਪਏ ਆਪਾਂ ਵੈਲਿਊ ਤਾਂ ਕੁਛ ਵੀ ਹੋਏਗੀ ਬੇਟਾ ਸੋ ਜਿਹੜਾ ਡਿਫਰੈਂਟ ਡਾਇਰੈਕਸ਼ਨ ਵਿੱਚ ਉਦੋਂ ਆਪਾਂ ਕਿਸੇ ਨੇ ਵੀ ਕਿਸੇ ਚ ਮਾਈਨਸ ਕਰ ਸਕਦੇ ਆ ਵੱਡੇ ਚੋਂ ਛੋਟਾ ਮਾਈਨਸ ਕਰਾਂਗੇ ਜਦੋਂ ਓਪੋਜ਼ਿਟ ਡਾਇਰੈਕਸ਼ਨ ਆ ओके करा जी कंटिन्यू यस 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 सर थर्ड केस अपना जेड़ा सबको इंपॉर्टेंट है ठीक है जी मैं टॉपिक पढ़े तो क्या सी ट्रायंगल लॉ ते पैरेललोग्राम लॉ पढ़े यस सर यस सर चलो यस ओसे दी गल करन लगे हूं जे दो वेक्टर मेरे जेड़े ने एक ए वेक्टर में ना इस डायरेक्शन च होवे ते बी वेक्टर में ना इस डायरेक्शन च होवे कार्डो ਹੁਣ ਇਸ ਮੂਵਮੈਂਟ ਤੇ ਜਦੋਂ ਮੈਂ ਰਿਜ਼ਲਟੈਂਟ ਵੈਲੋਸਿਟੀ ਕੱਢਣੀ ਹੈ ਤੇ ਤੇ ਮੇਰੇ ਦੋ ਵੈਕਟਰ ਜਿਹੜੇ ਦੋਨੋਂ ਨੇ ਨਾ ਤੇ ਸੇਮ ਡਾਇਰੈਕਸ਼ਨ ਚ ਨਾ ਇਹ ਓਪੋਜ਼ਿਟ ਆ ਇਸ ਲਈ ਨਾ ਤੇ ਸਿੰਪਲ ਐਡ ਹੋਣੇ ਆ ਤੇ ਨਾ ਇਹ ਮਾਈਨਸ ਹੋਣੇ ਆ ਇਸ ਕੇਸ ਚ ਆ ਕੇ ਫਿਰ ਅਸੀਂ ਰਿਜ਼ਲਟੈਂਟ ਕਿੱਦਾਂ ਕੱਢੀ ਤੇ ਉੱਥੇ ਜਾ ਕੇ ਅਸੀਂ ਫਿਰ ਵਰਡ ਯੂਜ਼ ਕਰ ਰਹੇ ਇਹ ਚੈੱਕ ਕਰੋ ਦੋ ਵੈਕਟਰ ਇੱਕ ਦੂਜੇ ਨਾਲ ਹੈਡ ਟੂ ਟੇਲ ਜੁੜਦੇ ਆ ਕਿ ਦੋ ਵੈਕਟਰ ਇੱਕ ਦੂਜੇ ਨਾਲ ਟੇਲ ਟੂ ਟੇਲ ਜੁੜਦੇ ਆ ਠੀਕ ਹੈ ਸਿਰਫ ਮੈਥਡ ਚੇਂਜ ਹੋਏਗਾ ਕਿ ਵੀ ਜੁੜੇ ਕਿਹੜੇ ਵੇ ਨਾ ਪਰ ਦੋਨਾਂ ਨੂੰ ਸੋਲਵ ਕਰਨ ਦਾ ਫਾਰਮੂਲਾ ਇੱਕੋ ਹੀ ਬਣੇਗਾ ਜੇ ਦੋ ਵੈਕਟਰ ਟੇਲ ਟੂ ਟੇਲ ਜੁੜੇ ਹੋਏ ਅਸੀਂ ਕਹਾਂਗੇ ਜੇ ਇੱਕ ਪੈਰਲੋਗ੍ਰਾਮ ਤੋਂ ਰਿਪੀਟ ਕਰ ਲਓ ਪੈਰਲੋਗ੍ਰਾਮ ਦਾ ਜਿਹੜਾ ਡਾਇਗਨਲ ਹੋਏਗਾ ਪੈਰਲੋਗ੍ਰਾਮ ਦਾ ਜਿਹੜਾ ਡਾਇਗਨਲ ਹੋਏਗਾ ਉਹ ਇਹਨਾਂ ਦੋਨਾਂ ਦੀ ਰਿਜ਼ਲਟੈਂਟ ਵੈਲੋਸਿਟੀ ਦੱਸੇਗਾ ਮੈਨੂੰ ਤੇ ਜੇ ਦੋ ਵੈਕਟਰ ਮੇਰੇ ਇਸ ਵੇ ਨਾਲ ਟੇਲ ਟੂ ਟੇਲ ਜੁੜਦੇ ਆ ਜੇ ਸੌਰੀ ਹੈਡ ਟੂ ਟੇਲ ਜੁੜਦੇ ਦੋ ਮੇਰੇ ਵੈਕਟਰ ਤੇ ਉਦੋਂ ਅਸੀਂ ਕਹਾਂਗੇ ਕਿ ਰਿਜ਼ਲਟੈਂਟ ਵੈਕਟਰ ਜਿਹੜਾ ਕੈਲਕੂਲੇਟ ਕਰਨਾ that is to be given by the third side of triangle that is to be given by the third side of triangle aa do mere vector triangle diyan do side ban gaye aa do mere vector triangle di do sides ban gaye te jehdi triangle di third side hovegi oh inna dona vector da resultant show karegi ode vich condition e bolde jadon do vector head to tail judde aa inu assi naam de dende head to tail word ne bolde ede ta assi edda bolange fir taken in order two vectors a vector and b vector are represented in magnitude and direction by the two sides of triangle taken in order matlab eh jehde do given vector a inu triangle diyan do side bana dio aur dono de dono vector in order hone chahide a in order da matlab a ki continuity de vich dono vector ik dooje na join hon te fir inna dono vector da resultant jehda hoega that is given by the third side of triangle a triangle the third side na banega always taken in opposite order jida it resultant diagonal te aayega ede ch resultant triangle the third side na banke niklega te ehdi direction hamesha jehdi aa oh baki do vector di continuity nu break karegi je pehla vector dooja vector te teeja edai continuity ch aa janda phir eh resultant nahi hega ਰਿਜ਼ਲਟੈਂਟ ਹਮੇਸ਼ਾ ਇਹਨਾਂ ਦੋਨਾਂ ਦੀ ਕੰਟੀਨਿਊਟੀ ਬ੍ਰੇਕ ਕਰਨ ਵਾਲਾ ਵੈਕਟਰ ਹੋਏਗਾ ਇਸ ਲਈ ਆ ਮੇਰਾ ਜਿਹੜਾ ਫਰਸਟ ਵੈਕਟਰ ਆ ਇਹ a ਵੈਕਟਰ ਪਲੱਸ b ਵੈਕਟਰ ਦੇ ਬਰਾਬਰ ਆ ਜਾਏਗਾ ਆ ਹੁਣ ਜਦੋਂ ਇਦਾਂ ਲਿਖਿਆ ਗੱਲ ਸਮਝਿਓ ਧਿਆਨ ਨਾਲ ਆਪਾਂ ਸਿੰਪਲ r equal to a plus b ਲਿਖੀ ਇਹਦਾ ਮਤਲਬ ਤੇ ਆ r ਵੈਕਟਰ equal to a ਵੈਕਟਰ plus b ਵੈਕਟਰ ਲਿਖਿਆ ਦੋਨਾਂ ਦਾ ਫਰਕ ਆ ਜੀ ਆ ਵੈਲਿਊ ਮੈਂ ਕਹਾਂ ਕਿ ਮੇਰੇ ਕੋਲ 10 ਆ 10 ਮੀਟਰ ਪਰ ਸੈਕਿੰਡ ਆ ਵੈਲਿਊ ਮੇਰੀ 4 ਮੀਟਰ ਪਰ ਸੈਕਿੰਡ ਆ ਠੀਕ ਹੈ ਤੇ ਇਹਦਾ ਕਿਤੇ ਮਤਲਬ ਨਹੀਂ ਮੈਂ ਇਹ ਕਿਹਾ ਵਾ ਕਿ 10 + 4 ਸਿੰਪਲ ਐਡ ਕਰ ਦਿਓ 10 ਤੇ 4 ਦੋ ਵੈਕਟਰ ਦੀ ਵੈਲਿਊ ਸਿੰਪਲ ਐਡ ਉਦੋਂ ਹੀ ਹੋ ਸਕਦੀਆਂ ਜੇ ਦੋਨੋਂ ਸੇਮ ਡਾਇਰੈਕਸ਼ਨ ਚ ਹੁੰਦੀਆਂ ਠੀਕ ਹੈ ਓਪੋਜ਼ਿਟ ਹੁੰਦੀਆਂ ਮਾਈਨਸ ਹੋ ਜਾਂਦੀਆਂ ਹੁਣ ਨਾ ਤੇ ਸੇਮ ਡਾਇਰੈਕਸ਼ਨ ਚ ਨਾ ਇਹ ਓਪੋਜ਼ਿਟ ਇਹਨੂੰ ਸੋਲਵ ਕਰਨ ਲਈ ਫਿਰ ਮੈਨੂੰ ਟ੍ਰਾਇੰਗਲ ਲਾ ਦਾ ਫਾਰਮੂਲਾ ਚਾਹੀਦਾ ਮੇਰੇ ਦੋਨਾਂ ਵੈਕਟਰ ਦੀ ਵੈਲਿਊ ਕਿੰਨੀ ਕਿੰਨੀ ਹੋਊਗੀ ਤੇ ਦੋਨਾਂ ਵੈਕਟਰ ਦੇ ਇਨ ਬਿਟਵੀਨ ਐਂਗਲ ਕਿੰਨਾ ਹੋਏਗਾ ਇਹਨਾਂ ਤਿੰਨ ਚੀਜ਼ਾਂ ਦੀ ਹੈਲਪ ਨਾਲ
ਫਿਰ ਅਸੀਂ ਆ ਆਰ ਦਾ ਮੈਗਨੀਟਿਊਡ ਕੱਢਾਂਗੇ ਕਿ ਰਿਜ਼ਲਟੈਂਟ ਵੈਕਟਰ ਦੀ ਵੈਲਿਊ ਕਿੰਨੀ ਆਣੀ ਆ। ਕਿਆ ਇੰਨੀ ਗੱਲ ਸਮਝ ਲੱਗੀ? ਯੈਸ ਸਰ ਯੈਸ ਸਰ। ਚਲੋ ਇਸੇ ਨੂੰ ਕੰਪਲੀਟ ਕਰਨ ਲੱਗਿਆਂ ਜੀ ਹੁਣ ਇੱਕ ਟੌਪਿਕ ਹੈਗਾ ਆਪਣਾ ट्रायंगल लॉ ऑफ वेक्टर एडिशन। ठीक है, ये जैसे शुरू में कहने कि भी अपने दो वेक्टर जड़े ने आ ट्रायंगल की दो साइड्स ना रिप्रेजेंट करते भाई के एल पे एल एम ए वेक्टर पे बी वेक्टर हमने दो वेक्टर आ गए ते इना दो दा रिजल्टेंट जेड़ा वा वो आ साइड ट्रायंगल दी जड़ी के एम बनेगी इनर रिप्रेजेंट कर देने थीटा डिफाइंड हो जाएगा ਤੇ ਆ ਰਾਈਟ ਐਂਗਲ ਟ੍ਰਾਇੰਗਲ ਕੇ ਐਨ ਐਨ ਦੇ ਵਿੱਚ ਅਸੀਂ ਆਪਣੇ ਵੈਕਟਰ ਦੀ ਵੈਲਿਊ ਫਾਈਂਡ ਆਊਟ ਕਰਨੀ ਆ। ਕਲੀਅਰ ਆ? ਯੈਸ ਸਰ। ਮੈਨੂੰ ਜਦੋਂ ਸੋਲਵ ਕਰਨਾ ਆ ਏ ਐਲ ਏ ਦੇ ਮੈਗਨੀਟਿਊਡ ਨੂੰ ਸ਼ੋਅ ਕਰੂਗਾ, ਐਲ ਐਮ ਮੇਰੇ ਬੀ ਦੇ ਮੈਗਨੀਟਿਊਡ ਨੂੰ ਸ਼ੋਅ ਕਰੇਗਾ ਤੇ ਕੇ ਐਮ ਮੇਰਾ ਆਰ ਦੇ ਮੈਗਨੀਟਿਊਡ ਨੂੰ ਸ਼ੋਅ ਕਰਦਾ ਵਾ। ਇਹਦੀ ਵੈਲਿਊ ਫਾਈਂਡ ਆਊਟ ਕਰਨ ਲਈ ਆਪਾਂ ਇੱਥੇ ਐਸ ਜੀ ਦਾ ਚੱਲਾਂਗੇ ਕਿ ਰਾਈਟ ਐਂਗਲ ਟ੍ਰਾਇੰਗਲ ਏ ਐਨ ਐਮ लिख सकते हो kn plus ln square plus ln square। ਠੀਕ ਹੈ, ਹੁਣ ਇਹ ਚੋਂ kn ਦੀ ਲੈਂਥ a ਹੈਗੀ ਆ, ln ਦੀ ਲੈਂਥ ਹੈਗੀ ਤੇ ਇਧਰੋਂ nm ਦੀ ਲੈਂਥ ਸਾਡੇ ਕੋਲ ਹੈ ਨਹੀਂ। ਇੱਥੇ ਜੇ ਇਹਨੂੰ ਲਿਖ ਦਈਏ ਆਪਣੇ ਕੋਲ ਆ ਜਾਏਗਾ a plus ln square plus nm square। ਇਹਨਾਂ ਕਲੀਅਰ ਹੋ ਜੀ? ਯੈਸ ਸਰ। ਬੇਸ ਤੇ ਹਾਈਪੋਟੈਨਸ ਬਣਾਏਗਾ। ਠੀਕ ਹੈ, ਯਾਨੀ ਕੋਸ ਇਨਵੋਲਡ ਕਰੇਗਾ, ਆ ਪਰਪੈਂਡੀਕੂਲਰ ਤੇ ਹਾਈਪੋਟੈਨਸ ਸਾਈਨ ਇਨਵੋਲਡ ਕਰ ਲਏਗਾ। ਇਹ ਮਤਲਬ ਆਪਣੇ ਕੋਲ ਕੀ ਬਣਨਾ ਵਾ MN ਓਵਰ LM, ਇਹ ਮੇਰੇ ਕੋਲ ਸਾਈਨ ਥੀਟਾ ਆ ਜਾਏਗਾ ਤੇ ਥੇਰਫੋਰ MN ਦੀ ਲੈਂਥ ਜਿਹੜੀ ਆ ਉਹ ਆਪਣੇ ਕੋਲ LM ਸਾਈਨ ਥੀਟਾ ਆ ਜਾਏਗੀ ਤੇ LM ਦੀ ਲੈਂਥ ਨੂੰ ਅਸੀਂ B ਡਿਫਾਈਨ ਕੀਤਾ ਹੋਇਆ, ਇਹਦਾ ਮਤਲਬ ਆਪਣਾ MN ਜਿਹੜਾ ਹੋਏਗਾ ਇਹਦੀ ਵੈਲਿਊ b sin theta ਆ ਜਾਏਗੀ। ਕਲੀਅਰ ਆ? ਯੈਸ ਯੈਸ ਸਰ। ਦੂਜਾ ਸਿੱਧਾ ਲਿਖਦਾ ਕਿ ਸਿਮਿਲਰਲੀ ਜਦੋਂ ਆਪਾਂ ln ਦੀ ਲੈਂਥ ਕੱਢਾਂਗੇ ਉਹ b cos theta ਆ ਜਾਣੀ ਆ। ਇਹਨਾਂ ਆ ln ਦੀ ਤੇ ਆ mn ਦੀ ਦੋਨਾਂ ਦੇ ਵਿੱਚ ਇਕੁਏਸ਼ਨ 1 ਚ ਭਰ ਦਿਓ। ਥੇਰਫੋਰ ਇਕੁਏਸ਼ਨ 1 ਚ ਇਹਨੂੰ ਪੁੱਟ ਕਰਕੇ ਆਪਣੇ ਕੋਲ ਕੀ ਆ ਜਾਏਗਾ r² a plus ln, ln ਦੇ ਨਾਲ ਤੇ ਆ ਗਿਆ b cos theta, ਇਹਦਾ ਸਕੁਅਰ plus nm ਦੇ ਨਾਲ ਤੇ ਆ ਗਿਆ b sin theta ਦਾ ਸਕੁਅਰ, ਯਾਨੀ b ਸਕੁਅਰ sin ਸਕੁਅਰ theta। ਤੇ ਇਹ ਤੂੰ ਜੇ ਸੋਲਵ ਕਰ ਲਓ ਇੱਥੇ ਹੋਲ ਸਕੁਅਰ ਦਾ ਫਾਰਮੂਲਾ ਖੋਲ ਦਿਓ ਤੇ ਆਪਣੇ ਕੋਲ ਆ ਜਾਏਗਾ r² =
वन बन जाना, देयरफॉर आर स्क्वायर आ जाएगा ए स्क्वायर प्लस बी स्क्वायर कॉस स्क्वायर प्लस साइन स्क्वायर वन लिख दो प्लस टू ए बी कॉस थीटा r का फॉर्मूला आ जाएगा अंडर रूट ऑफ ए स्क्वायर प्लस बी स्क्वायर प्लस टू ए बी कॉस थीटा। आ फॉर्मूला मेरे को होएगा जिन्ना सी एस एच मेरे को गिवन वेक्टर दा मैग्नीट्यूड कढ़ांगे। हुण मेरे ए वेक्टर ते बी वेक्टर दी वैल्यू किन्नी दसी होवे क्वेश्चन च ओ बताओ बे। जिहड़ा 10 ते मान लो 4 आ गई और ए ते बी आपस एक दूजे नाल 60 डिग्री 30 डिग्री 40 डिग्री एंगल ते आ, ओ एंगल गिवन होएगा। ਇਹਨੇ ਚੀਜ਼ਾਂ ਪੁੱਟ ਅਪ ਕਰ ਦੋ ਤੇ r ਦਾ ਮੈਗਨੀਟਿਊਡ ਆ ਜਾਏਗਾ। ਕਿਆ ਇੰਨੀ ਗੱਲ ਕਲੀਅਰ ਹੋਈ? ਯੈਸ ਸਰ। ਯੈਸ ਸਰ। ਸਰ ਇਹਨਾਂ ਕਲੀਅਰ ਆ ਸਾਰਿਆਂ ਨੂੰ? ਯੈਸ ਸਰ। ਇਹ r ਦਾ ਮੈਗਨੀਟਿਊਡ ਜਿਹੜਾ ਆਪਾਂ ਕੈਲਕੂਲੇਟ ਕੀਤਾ ਇਹ ਕੀਤਾ ਟ੍ਰਾਇੰਗਲ ਲਾਅ ਨਾਲ। ਹੁਣ ਜੇ ਮੰਨ ਲਓ ਆਪਣੇ ਕੋਲ ਟੌਪਿਕ ਪੈਰਲੋਗ੍ਰਾਮ ਲਾਅ ਆਫ ਵੈਕਟਰ ਐਡੀਸ਼ਨ ਆ, ਜੇ ਤੁਸੀਂ ਪੜ੍ਹਿਆ ਤੇ ਧਿਆਨ ਦਿੱਤਾ ਹੋਵੇ ਜਿਹੜੀ ਟ੍ਰਾਇੰਗਲ ਲਾਅ ਤੇ ਪੈਰਲੋਗ੍ਰਾਮ ਲਾਅ ਦੀ ਡੈਰੀਵੇਸ਼ਨ ਆ ਦੋਨਾਂ ਦੀ ਸੇਮ ਆ, ਦੋਨਾਂ ਦਾ ਫਾਰਮੂਲਾ ਸੇਮ ਆ, ਸਿਰਫ ਫਰਕ ਕਿਤੇ ਆ ਉਸ ਫਿਗਰ ਦੇ ਅੰਦਰ। ਫਿਗਰ ਤੇ ਕੀ ਚੇਂਜ ਆਣੀ ਆ? ਜੇ ਮੈਂ ਆ ਜਾਵਾਂ ਕਿ ਏ ਵੈਕਟਰ, ਠੀਕ ਹੈ, ਏ ਵੈਕਟਰ ਤੇ ਬੀ ਵੈਕਟਰ ਦੇ ਆਰ ਟੂ ਬੀ ਸ਼ੋਨ ਬਾਈ ਦਾ ਟੂ ਐਡਜਸੈਂਟ ਸਾਈਡ ਆਫ ਪੈਰਲੋਗ੍ਰਾਮ, ਠੀਕ ਹੈ। ਉਹ ਤੁਸੀਂ ਇਹਨੂੰ ਕਿ ਅਸੀਂ ਹੈਡ ਟੂ ਟੇਲ ਜੋੜਿਆ, ਇਹ ਤੁਸੀਂ ਕਹਿੰਦੇ ਕਿ ਜੇ ਦੋ ਵੈਕਟਰ ਨੂੰ ਅਸੀਂ ਟੇਲ ਟੂ ਟੇਲ ਜੋੜਿਆ ਹੋਵੇ ਤੁਸੀਂ ਕਹਿੰਦੇ ਜੀ ਇਹਨੂੰ ਪੈਰਲੋਗ੍ਰਾਮ ਦੀਆਂ ਦੋ ਸਾਈਡ ਨਾਲ ਡਿਫਾਈਨ ਕਰ ਦਿਓ। ਪੈਰਲੋਗ੍ਰਾਮ ਦੀਆਂ ਸਾਈਡਸ ਬਣ ਗਈਆਂ, ਠੀਕ ਹੈ। ਇਹਨਾਂ ਦੇ ਨਾਲ ਜੇ ਆਪਣੇ ਦੋਨੋਂ ਵੈਕਟਰ ਅਸੀਂ ਰਿਪਰੈਜ਼ੈਂਟ ਕਰੀਏ, ਆਪਣੇ ਦੋਨੋਂ ਵੈਕਟਰ ਏ ਵੈਕਟਰ ਤੇ ਬੀ ਵੈਕਟਰ ਦੇ ਨਾਲ ਰਿਪਰੈਜ਼ੈਂਟ ਕਰੀਏ ਤੇ ਦੈਨ ਰਿਜ਼ਲਟੈਂਟ ਆਲਵੇਜ਼ ਗਿਵਨ ਬਾਈ ਦਾ ਡਾਇਗਨਲ ਆਫ ਦਾ ਪੈਰਲੋਗ੍ਰਾਮ। ਮਤਲਬ ਇਹਨਾਂ ਦੋ ਵੈਕਟਰ ਦੇ ਨਾਲ ਪੈਰਲੋਗ੍ਰਾਮ ਕੰਪਲੀਟ ਕਰੋ, ਠੀਕ ਹੈ। ਇਹਦੇ ਪੈਰਲੋ ਸਾਈਡ ਡਰਾ ਕਰ ਦਿੰਦੇ, ਠੀਕ ਹੈ ਜੀ, ਇੱਕ ਇਹਦੇ ਪੈਰਲੋ ਸਾਈਡ ਡਰਾ ਕਰ ਦਿੰਦੇ। ਅਲਟੀਮੇਟ ਜਿਹੜਾ ਮੇਰੇ ਕੋਲ ਆ ਪੈਰਲੋਗ੍ਰਾਮ ਬਣ ਗਿਆ, ਆ ਸਾਈਡ ਬੀ ਵੈਕਟਰ ਨੂੰ ਰਿਪਰੈਜ਼ੈਂਟ ਕਰਦੀ ਪਈ ਤੇ ਆ ਸਾਈਡ ਮੇਰੀ ਏ ਵੈਕਟਰ ਨੂੰ ਰਿਪਰੈਜ਼ੈਂਟ ਕਰਦੀ। ਉਦੋਂ ਇਹਨਾਂ ਦਾ ਡਾਇਗਨਲ ਜਿਹੜਾ ਹੋਏਗਾ, ਜਿਹੜਾ ਸੇਮ ਉਸੇ ਪੁਆਇੰਟ ਤੋਂ ਪਾਸ ਕਰੇਗਾ ਜਿੱਥੇ ਦੋ ਵੈਕਟਰ ਕੋਇਨਸਾਈਡ ਕਰਦੇ ਆ, ਤੇ ਆ ਫਿਰ ਆ ਜਿਹੜਾ ਡਾਇਗਨਲ ਹੋਏਗਾ ਇਹ ਇਹਨਾਂ ਦੋਨਾਂ ਏ ਵੈਕਟਰ ਤੇ ਬੀ ਵੈਕਟਰ ਦਾ ਕੰਸਲਟੈਂਟ ਬਣ ਜਾਏਗਾ। ਇਹਨੀ ਗੱਲ ਸਮਝ ਲੱਗੀ? ਯੈਸ ਸਰ। ਮੁਝੇ ਇਸੇ ਨੂੰ ਕੰਟੀਨਿਊ ਕਰੀਏ ਔਰ ਇਹਦੀ ਡੈਰੀਵੇਸ਼ਨ ਕਰਨੀ ਹੋਵੇ ਤਾਂ ਕੀ ਕਰੋ? ਫਿਰ ਇਸ ਫਾਰਮੂਲੇ ਨੂੰ ਪਰਪੈਂਡੀਕੁਲਰ ਡਰਾ ਕਰ ਦੋ, ਫਿਰ ਇਸ ਨੂੰ ਵੀ ਪਰਪੈਂਡੀਕੁਲਰ ਡਰਾ ਕਰ ਦੋ। ਆ ਇਸ ਤੇ ਉਹਦੀ ਲੈਂਥ ਲੈ ਕੇ, ਠੀਕ ਹੈ, ਇਹਨੂੰ ਕੁਝ ਨਾਮ ਦੇ ਦਿੰਦੇ ਤੇ ਅਗੇਨ ਆ ਜੇ ਏ ਤੇ ਬੀ ਦੇ ਵਿੱਚ ਏ ਵੈਕਟਰ ਤੇ ਬੀ ਵੈਕਟਰ ਦੇ ਵਿੱਚ ਇੱਥੇ ਐਂਗਲ ਅਸੀਂ ਥੀਟਾ ਮੰਨਿਆ ਸੀ, ਸੇਮ ਉਦਾਂ ਹੀ ਇੱਥੇ ਦੱਸ ਰਿਹਾ ਏ ਵੈਕਟਰ ਤੇ ਬੀ ਵੈਕਟਰ ਦੇ ਵਿੱਚ ਆ ਐਂਗਲ ਥੀਟਾ ਵਾ। ਹੁਣ ਆ ਵਾਲੀ ਏ ਐਨ ਵਾਲੀ ਤੇ ਐਸ ਐਲ ਵਾਲੀ ਲਾਈਨ ਪੈਰਲਲ ਆ, ਠੀਕ ਹੈ। ਆ ਲਾਈਨ ਮੇਰਾ ਟ੍ਰਾਂਸਵਰਸਲ ਬਣੇ ਤੇ ਆ ਵੀ ਐਂਗਲ ਮੇਰਾ ਥੀਟਾ ਬਣ ਜੂ। ਇਹਨਾ ਕਲੀਅਰ ਆ? ਜੇ ਆ ਐਂਗਲ ਥੀਟਾ ਵਾ ਤੇ ਆ ਦੋਨੋਂ ਲਾਈਨਾਂ ਪੈਰਲਲ ਆ, ਆ ਟ੍ਰਾਂਸਵਰਸਲ ਬਣਾ ਕੇ ਆ ਕੋਰਸਪੋਂਡਿੰਗ ਐਂਗਲ ਆ ਵੀ ਥੀਟਾ ਹੀ ਆ ਜੂ। ਯੈਸ ਯੈਸ ਸਰ। ਯੈਸ ਜੇ ਹੁਣ ਮੈਂ ਇਸ ਪੂਰੇ ਦੇ ਪੂਰੇ ਟੌਪਿਕ ਨੂੰ ਲੈ ਕੇ ਚੱਲਾਂ ਤੇ ਪੁੱਤ ਉੱਪਰ ਜੇ ਮੈਂ ਨਿਗਾਹ ਮਾਰਾਂ, ਇਵਨ ਜੇ ਮੈਂ ਇੱਥੇ ਆ ਫਿਗਰ ਇਦਾਂ ਕੰਪਲੀਟ ਕਰ ਦਵਾਂ ਤੇ ਬੇਸਿਕਲੀ ਪੈਰਲੋਗ੍ਰਾਮ ਲਾਅ ਦੀ ਡੈਰੀਵੇਸ਼ਨ ਤੇ ਟ੍ਰਾਇੰਗਲ ਲਾਅ ਦੀ ਉਹ ਸੇਮ ਰਹੇਗੀ। ਯੈਸ ਮਤਲਬ ਪੇਪਰ 'ਚ ਮੈਨੂੰ ਟ੍ਰਾਇੰਗਲ ਲਾਅ ਆ ਜਾਏ ਜਾਂ ਪੈਰਲੋਗ੍ਰਾਮ ਲਾਅ, ਡੈਰੀਵੇਸ਼ਨ ਸੇਮ ਆ, ਆ ਇਹਦੇ ਵਿੱਚ ਕੁਝ ਨਹੀਂ ਚੇਂਜ ਹੋਣਾ। ਸਿਰਫ ਔਰ ਸਿਰਫ ਕੀ ਚੇਂਜ ਆ? ਉਹਦੀ ਫਿਗਰ ਚੇਂਜ ਹੋ ਜਾਣੀ ਆ ਤੇ ਉਹਦੀ ਸਟੇਟਮੈਂਟ ਚੇਂਜ ਆ। ਉਹ ਤੁਸੀਂ ਕਹਿੰਦੇ ਜੀ ਜੇ ਦੋ ਵੈਕਟਰ ਟ੍ਰਾਇੰਗਲ ਦੀ ਦੋ ਸਾਈਡ ਨਾਲ ਰਿਪਰੈਜ਼ੈਂਟ ਕੀਤੇ ਤੇ ਥਰਡ ਵੈਕਟਰ ਜਿਹੜਾ ਵਾ ਰਿਜ਼ਲਟੈਂਟ ਵੈਕਟਰ ਉਹ ਟ੍ਰਾਇੰਗਲ ਦੀ ਥਰਡ ਸਾਈਡ ਤੇ ਆ ਜਾਏਗਾ, ਆਲਵੇਜ਼ ਟੇਕਨ ਇਨ ਆਪੋਜ਼ਿਟ ਆਰਡਰ। ਤੁਸੀਂ ਕਹਿੰਦਾ ਕਿ ਜੇ ਦੋ ਵੈਕਟਰ ਪੈਰਲੋਗ੍ਰਾਮ ਦੀਆਂ ਦੋ ਐਡਜਸੈਂਟ ਸਾਈਡ ਨਾਲ ਸ਼ੋਅ ਕਰਦੇ ਪਏ ਆ ਤੇ ਪੈਰਲੋਗ੍ਰਾਮ ਦਾ ਜਿਹੜਾ ਡਾਇਗਨਲ ਹੋਏਗਾ ਉਹ ਇਹਨਾਂ ਦਾ ਰਿਜ਼ਲਟੈਂਟ ਬਣ ਜੂ। ਫਾਰਮੂਲੇ 'ਚ ਕੁਝ ਚੇਂਜ ਨਹੀਂ, ਆਹੀ ਫਾਰਮੂਲਾ ਪੈਰਲੋਗ੍ਰਾਮ ਦਾ ਵਾ, ਇਹੀ ਫਾਰਮੂਲਾ ਮੇਰੇ ਕੋਲ ਜਿਹੜਾ ਉਹ ਟ੍ਰਾਇੰਗਲ ਲਾਅ ਲਈ ਵਿਸਟੈਂਡ ਕਰੇਗਾ। ਇੰਨੀ ਗੱਲ ਸਮਝ ਲੱਗੀ? ਯੈਸ ਸਰ। ਯੈਸ ਸਰ। ਲਾਸਟ ਪੜ੍ਹ ਹੁਣ ਤੁਹਾਡੇ ਸਮਝਣ ਵਾਲਾ, ਜੇ ਏ ਵੈਕਟਰ ਤੋਂ ਮੈਂ ਬੀ ਵੈਕਟਰ ਤੇ ਜਾਣਾ, ਯਾਨੀ ਆ ਏ ਵੈਕਟਰ ਸੀਗਾ ਤੇ ਜੇ ਮੈਂ ਏ ਤੋਂ ਚੱਲ ਕੇ ਬੀ ਵੱਲ ਮੁੜਨਾ, ਇੱਥੇ ਮੈਨੂੰ ਦੱਸਿਆ ਮੈਂ ਕਿੰਨੇ ਡਿਗਰੀ ਮੁੜਨਾ ਵਾ, 10 ਡਿਗਰੀ ਤੇ ਮੈਂ ਜਾਵਾਂ, 15 ਤੇ ਜਾਵਾਂ, 20 ਤੇ ਜਾਵਾਂ,
मतलब हो गया मेनू बी दी डायरेक्शन लभन लई ए और बी च एंगल चाहिदा। सिमिलरली जिहड़ा ए और बी तो रिजल्टेंट बनिया जे मैं इहदी डायरेक्शन लभनी आ ते मेनू आ चाहिदा ए वैक्टर तो थोड़ा जल्दी जल्दी रिस्पोंड करिया करो। यस सर। ਇਹਦਾ ਮਤਲਬ ਆਰ ਵੈਕਟਰ ਦਾ ਜਿਹੜਾ ਐਸ ਐਚ ਐਂਗਲ ਆ ਏ ਵੈਕਟਰ ਦੇ ਨਾਲ ਉਹ ਬੀਟਾ ਹੋ ਗਿਆ। ਠੀਕ ਹੈ, ਇਦਾਂ ਹੀ ਇੱਥੇ ਵੀ ਕਹਿ ਦੂੰਗਾ ਆਰ ਵੈਕਟਰ ਦਾ ਏ ਵੈਕਟਰ ਦਾ ਜਿਹੜਾ ਐਂਗਲ ਆ ਉਹ ਬੀਟਾ। ਤੇ ਜੇ ਹੁਣ ਮੈਂ ਇਹਦੀ ਡਾਇਰੈਕਸ਼ਨ ਫਾਈਂਡ ਆਊਟ ਕਰਨੀ ਆ ਤੇ ਡਾਇਰੈਕਸ਼ਨ ਫਾਈਂਡ ਆਊਟ ਕਰਨ ਵਾਸਤੇ ਜਿਹੜਾ ਸਾਡੇ ਕੋਲ ਫਾਰਮੂਲਾ ਹੁੰਦਾ ਉਹਨੂੰ ਅਸੀਂ ਕਹਿੰਦੇ ਜੀ ਟੈਨ ਬੀਟਾ ਦਾ ਡਾਇਰੈਕਸ਼ਨ ਲਿਖਦੇ ਹਾਂ। ਜੇ ਹੁਣ ਇੱਥੇ ਡਾਇਰੈਕਸ਼ਨ ਕੱਢਣੀ ਆ ਪਹਿਲਾਂ ਅਸੀਂ ਆਰ ਦਾ ਮੈਗਨੀਚਿਊਡ ਕੱਢ ਲਿਆ। ਠੀਕ ਹੈ, ਹੁਣ ਆਰ ਦੀ ਡਾਇਰੈਕਸ਼ਨ ਕੱਢਣ ਲੱਗੇ ਜਿਹੜੀ ਟੈਨ ਬੀਟਾ ਨਾਲ ਆਣੀ ਹੈ ਤੇ ਟੈਨ ਬੀਟਾ ਆ ਰਾਈਟ ਐਂਗਲ ਟ੍ਰਾਇੰਗਲ ਦੇ ਵਿੱਚ ਲੈ ਲਓ। ਟੈਨ ਬੀਟਾ ਮੇਰੇ ਕੋਲ ਕੀ ਹੁੰਦਾ ਪਰਪੈਂਡੀਕੁਲਰ ਓਵਰ ਬੇਸ। ਇਹਦੇ ਨਾਲ ਮੇਰੇ ਕੋਲ ਆ ਜਾਏਗਾ ਟੈਨ ਬੀਟਾ ਇਕੁਅਲ ਟੂ ਐਮ ਐਨ ਓਵਰ ਕਿੰਨਾ ਜੀ ਕੇ ਐਮ। ਆ ਮੇਰੇ ਕੋਲ ਆ ਜੂ ਐਮ ਐਨ ਦੀ ਲੈਂਥ ਅਸੀਂ ਆਲਰੇਡੀ ਫਾਈਂਡ ਆਊਟ ਕੀਤੀ ਸੀਗੀ ਬੀ ਸਾਈਨ ਥੀਟਾ ਵਾ ਤੇ ਕੇ ਐਨ ਕੇ ਐਲ ਪਲੱਸ ਐਲ ਐਨ ਸੀਗਾ। ਇਹ ਮੈਂ ਆਪਾਂ ਇਹਦਾ ਲਿਖ ਲਈਏ tan beta equal to mn over kn plus ln। ਆ ਕਲੀਅਰ ਹੈ ਜੀ? Yes sir। Yes sir। ਇਹ ਚ ਵੈਲਿਊ ਪਾ ਦਿਓ। ਦੇਖੋ tan beta ਆ ਜਾਏਗਾ mn ਦੀ ਵੈਲਿਊ ਸੀਗੀ b sin theta ਓਵਰ ਆਇਆ kl ਦੀ ਲੈਂਥ ਮੇਰੀ a ਸੀਗੀ ਔਰ ਅਗਲੀ ਲੈਂਥ ਮੇਰੀ b cos theta ਸੀਗੀ। ਏਬਲ tan beta ਦਾ ਫਾਰਮੂਲਾ ਮੇਰੇ ਕੋਲ ਜਿਹੜਾ ਆ ਬਣ ਗਿਆ। ਏਬਲ ਬੀਟਾ ਲੱਭਣ ਵਾਸਤੇ ਯਾਨੀ ਐਂਗਲ ਫਾਈਂਡ ਕਰਨ ਲਈ ਰਿਜ਼ਲਟੈਂਟ ਦਾ ਮੈਨੂੰ a ਔਰ b ਦੋਨਾਂ ਵੈਕਟਰ ਦੀ ਵੈਲਿਊ ਚਾਹੀਦੀ ਹੋਏਗੀ ਕੁਐਸਚਨ ਚ ਤੇ a ਤੇ b ਦੇ ਵਿੱਚ ਥੀਟਾ ਐਂਗਲ ਕਿੰਨਾ ਉਹ ਚਾਹੀਦਾ। ਆ ਸਾਰੀਆਂ ਤਿੰਨੇ ਚੀਜ਼ਾਂ ਫੁੱਲ ਕਰਕੇ ਇਹਦੇ ਅੰਦਰ ਫਿਲ ਕਰਕੇ ਮੇਰੇ ਕੋਲ ਰਿਜ਼ਲਟੈਂਟ ਵੈਕਟਰ ਦੀ ਡਾਇਰੈਕਸ਼ਨ ਨਿਕਲ ਕੇ ਆਏਗੀ। ਕਿਆ ਇੰਨੀ ਗੱਲ ਸਮਝ ਲੱਗੀ? ਯੈਸ ਯੈਸ ਸਰ। ਯੈਸ। ट्रायंगल आवे या पैरेललोग्राम ला आवे दोनों दी डेरिवेशन सेम हैगी कुछ भी नहीं उनाच फर्क आना। क्या इतना क्लियर है? यस सर। यस सर। यस सर। इस तरह ਨਾਲ ਅਜੇ ਗੱਲ ਕੰਟੀਨਿਊ ਕਰਾਂਗਾ। ਹੁਣ ਆ ਜਿਹੜਾ ਤੁਹਾਡੇ ਕੋਲ ਫਾਰਮੂਲਾ ਬਣਿਆ ਆ ਜਿਹੜਾ ਆਰ ਸਕਵੇਅਰ ਦਾ ਆਪਣਾ ਫਾਰਮੂਲਾ ਆ ਜੇ ਮੈਂ ਚੋ ਕੋਸ ਥੀਟਾ ਦੀ ਵੈਲਿਊ ਕੱਢ ਲਵਾਂ। ਠੀਕ ਹੈ, ਜੇ ਚੋ ਮੈਂ ਕੋਸ ਥੀਟਾ ਦੀ ਵੈਲਿਊ ਕੱਢ ਲਵਾਂ ਤੇ ਕੋਸ ਥੀਟਾ ਮੇਰਾ ਆ ਜਾਏਗਾ ਆਰ ਸਕਵੇਅਰ ਮਾਈਨਸ a square minus b square over 2ab। यानी ये तो आ जाएगा r square minus a square minus b square over 2ab। आप ये जड़ी मेरे को वैल्यू आई cos theta दी इनु से एक नाम दे देने इट्स कॉल्ड एज अ लॉ ऑफ कोसाइन। ठीक है, जब से ये दी वैल्यू काट रहे इनु से नाम देने ये लॉ ऑफ कोसाइन आया। क्लियर है? ਇਹਦੇ ਲਾ ਆਫ ਸਾਈਨ ਵੀ ਇੱਕ ਬੰਨਾ ਵਾ ਉਹ ਤੁਸੀਂ ਪੜ ਕੇ ਮੈਨੂੰ ਦੱਸਣਾ ਕਿ ਉਹ ਚ ਕੀ ਦੱਸਿਆ ਹੋਇਆ ਵਾ। ਠੀਕ ਹੈ, ਉਹ ਮੈਂ ਨੈਕਸਟ ਕਲਾਸ ਦੇ ਵਿੱਚ ਤੁਹਾਡੇ ਤੋਂ ਪੁੱਛਣਾ ਵਾ। ਇੰਨਾ ਸਮੇਂ ਲੱਗਿਆ ਪਹਿਲੋਂ? ਯੈਸ ਸਰ। ਹਾਂਜੀ ਸਰ। ਯੈਸ ਸਰ। ਇਹ ਚ ਕਿਸੇ ਨੂੰ ਕੋਈ ਡਾਊਟ ਹੈ? ਨੋ ਸਰ। ਨੋ ਸਰ। ਚਲੋ ਆਪਣਾ ਇੰਨਾ ਪੜ ਇੰਨਾ ਕਰੋ। ਠੀਕ ਹੈ, ਮੈਂ ਟੌਪਿਕ ਫੇਰ ਲਿਖ ਕੇ ਭੇਜਦਾ ਥੋੜੀ ਦੇਰ ਤੱਕ। ਠੀਕ ਹੈ, ਤੇ ਉਸ ਪੜ੍ਹ ਕੇ ਰੱਖਿਓ ਜੇ ਪੋਸੀਬਲ ਹੋਇਆ ਤੇ ਸ਼ਾਮ ਨੂੰ ਲਾਵਾਂਗੇ ਕਲਾਸ, ਨਹੀਂ ਤਾਂ ਕੱਲ੍ਹ ਸਵੇਰੇ ਫਿਰ ਲਾਵਾਂਗੇ।